ਹੁਸ਼ਿਆਰਪੁਰ ਦੇ ਟਾਂਡਾ ਅਧੀਨ ਆਉਂਦੇ ਪਿੰਡ ਸਲੇਮਪੁਰ ਦੇ ਵਿੱਚ ਅਜੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਏ ਇੱਕ ਵਿਅਕਤੀ ਉੱਤੇ ਉਸਦੇ ਸਹੁਰਾ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਨੇ। ਸਹੁਰਾ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਜਵਾਈ ਨੇ ਦਹੇਜ ਦੀ ਮੰਗ ਪੂਰੀ ਨਾ ਹੋਣ ਉੱਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ, ਮੇਰੀ ਸਿਸਟਰ ਦੀ ਮੈਰਿਜ 2008 ਦੇ ਵਿੱਚ ਹੋਈ ਸੀਗੀ ਸੁਖਵਿੰਦਰ ਸਿੰਘ ਦੇ ਨਾਲ। ਉਸ ਤੋਂ ਬਾਅਦ 2016 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਸੁਖਵਿੰਦਰ ਸਿੰਘ ਦੀ। ਬਾਅਦ ਵਿੱਚ ਦੋਨਾਂ ਘਰਾਂ ਦੀ ਆਪਸੀ ਜਿਹੜੀ ਰਜਾਮੰਦੀ ਦੇ ਨਾਲ ਆਪਾਂ ਉਹਨਾਂ ਦੀ ਮੈਰਿਜ ਛੋਟੇ ਬ੍ਰਦਰ ਉਹਨਾਂ ਦੇ ਲਖਵਿੰਦਰ ਸਿੰਘ ਨਾਲ ਕਰ ਦਿੰਦੇ ਹਾਂ। 3-4 ਮਹੀਨੇ ਤੋਂ ਠੀਕ ਠਾਕ ਰਹਿੰਦਾ ਵਾ। ਉਸ ਤੋਂ ਬਾਅਦ ਵਿੱਚ ਕਹਿੰਦਾ ਕਿ ਮੈਨੂੰ ਸਵਿਫਟ ਗੱਡੀ ਚਾਹੀਦੀ ਜਿਹਦੇ ਕਰਕੇ ਉਹ ਤੰਗ ਪਰੇਸ਼ਾਨ ਕਰਦਾ ਸੀ ਉਹਨੂੰ। ਅਤੇ ਪਰਸੋਂ ਆਇਆ ਸੀ ਛੁੱਟੀ 19 ਮਈ ਨੂੰ, ਫਰਾਂਸ ਤੋਂ ਛੁੱਟੀ ਆਇਆ ਸੀਗਾ। ਉਹ ਫੋਨ ਵਿੱਚ ਵੀ ਧਮਕਿਆ ਦਿੰਦਾ ਸੀ ਕਿ ਜੇ ਸਵਿਫਟ ਗੱਡੀ ਘਰ ਦੇ ਵਿੱਚ ਨਾ ਹੋਈ ਤਾਂ ਠੀਕ, ਜੇ ਨਾ ਹੋਈ ਤਾਂ ਮੈਂ ਤੇਰਾ ਕਤਲ ਕਰ ਦੇਣਾ, ਜੇ ਹੋਈ ਤਾਂ ਠੀਕ ਆ। ਅਤੇ ਜਦੋਂ ਉਹ ਘਰ ਆਇਆ ਉਹਨੂੰ ਸਵਿਫਟ ਗੱਡੀ ਨਹੀਂ ਮਿਲੀ ਅਤੇ ਉਹਨੇ ਉਹ ਤੱਕ ਆਣ ਕੇ ਮਰਡਰ ਕਰ ਦਿੱਤਾ। ਅਤੇ ਸਾਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਕਿਸੇ ਆਂਢੀ ਗੁਆਂਢੀ ਨੂੰ ਫੋਨ ਕਰਕੇ ਦੱਸਿਆ ਸੀ ਕਿ 11 ਵਜੇ ਸੰਸਕਾਰ ਕਰਨ ਜਾ ਰਹੇ ਆ। ਬਾਅਦ ਵਿੱਚ ਆਪਾਂ ਥਾਣੇ ਜਿਹੜੀ FIR ਦਰਜ ਕਰਵਾਈ, ਉਸ ਤੋਂ ਬਾਅਦ ਸੰਸਕਾਰ ਰੁਕਵਾਇਆ। ਮੁੜ ਕੇ ਆਣ ਕੇ ਬੋਡੀ ਦੇਖੀ, ਬੋਡੀ 'ਤੇ ਪੂਰੇ ਤਨੀਲ ਦੇ ਨਿਸ਼ਾਨ ਸੀਗੇ ਗਲੇ 'ਤੇ। ਕੀ ਲੱਗਦਾ ਤੁਹਾਨੂੰ ਕਿ ਕਤਲ ਕਿਸਨੇ ਕੀਤਾ? ਸਰ, ਕਤਲ ਉਹਦੇ ਹਸਬੈਂਡ ਨੇ ਕੀਤਾ, ਲਖਵਿੰਦਰ ਸਿੰਘ ਨੇ। ਕੀ ਮੰਗਾ ਤੁਹਾਡੀ? ਸਰ, ਸਾਡੀ ਇਹ ਮੰਗ ਹੈ ਕਿ ਸਾਨੂੰ ਜਿਹੜੀ ਕਾਨੂੰਨੀ ਕਾਰਵਾਈ ਉਹਦੇ 'ਤੇ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਮੇਰਾ ਬਿਆਨ ਸਾਹਿਬ ਜੀ, ਇਹ ਦਾਜ ਰੱਖਣ ਕਰਕੇ ਲੜਕੀ ਮੇਰੀ ਬਹੁਤ ਤੰਗ ਕਰਦਾ ਸੀ। ਮੈਂ ਗਰੀਬ ਬੰਦਾ, ਐਲਟੋ ਗੱਡੀ ਮੈਂ ਦਾਜ ਵੀ ਦਿੱਤੀ ਸੀ। ਗੱਡੀ ਐਲਟੋ ਤੋਂ ਵਿਆਜ ਪਹਿਲਾਂ ਮੇਰਾ ਵੱਡਾ ਜਿਹੜਾ ਜਵਾਈ ਸੀ ਸੁਖਵਿੰਦਰ ਸਿੰਘ ਸੀ, ਉਹਦੀ 1600 ਡੈਥ ਹੋ ਗਈ। ਉਹਦੇ ਕਾਰਨ ਕਰਕੇ ਕੁਛ ਸਮਾਂ ਪਾ ਕੇ ਮੈਂ ਆਪਣੀ ਲੜਕੀ ਛੋਟੇ ਬ੍ਰਦਰ ਬਹਾਲਤੀ ਸਹਿਮਤੀ ਨਾਲ। ਇਹ ਲੜਕੀ ਨੂੰ ਤੰਗ ਕਰਦਾ ਸੀ ਦਾਜ ਰੱਖਣ ਤੋਂ ਵੀ ਮੈਨੂੰ ਗੱਡੀ ਸ਼ਿਫਟ ਚਾਹੀਦੀ ਹੈ। ਜੇ ਆਪਣੇ ਵੱਡੇ ਜੁਆਇੰਟ ਨੂੰ ਐਲਟੋ ਗੱਡੀ ਦੇ ਸਕਦਾ, ਮੈਨੂੰ ਸ਼ਿਫਟ ਨਹੀਂ ਦੇ ਸਕਦੇ। ਇਸ ਕਰਕੇ ਬਹੁਤ ਪਰੇਸ਼ਾਨ ਕਰਦਾ ਲੜਕੀ ਨੂੰ, ਅਤੇ ਮੇਰੀ ਪੂਰੀ ਜਨਾਬ ਸੁਣਾਈ ਕੀਤੀ ਜਾਵੇ। ਮਿਤੀ 20/5/18 ਨੂੰ ਇੱਕ ਇਨਫੋਰਮੇਸ਼ਨ ਮਿਲੀ ਜੀ, ਅਸੀਂ ਐਸ ਸਾਹਿਬ ਨਾਲ ਗਸ਼ਤ ਦੇ ਸੰਬੰਧ ਵਿੱਚ ਲਾਗੇ ਸੀਗੇ ਕਿ ਪਿੰਡ ਸਲੇਮਪੁਰ ਵਿਖੇ ਕਿ ਹਰਜੀਤ ਕੌਰ ਦਾ ਜੀ ਮਰਡਰ ਹੋ ਗਿਆ। ਜੋ ਅਸੀਂ ਮੌਕੇ 'ਤੇ ਗਏ ਹਾਂ, ਮੌਕੇ 'ਤੇ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਕਬਜ਼ੇ 'ਚ ਲੈ ਕੇ, ਅਤੇ ਅਸੀਂ ਲੜਕੀ ਦੇ ਜਿਹੜਾ ਬਾਪ ਹੈਗਾ ਜਸਵਿੰਦਰ ਸਿੰਘ, ਉਹਦੇ ਬਿਆਨ 'ਤੇ ਪਰਚਾ 112 ਨੰਬਰ 302 IPC ਤਹਿਤ ਦਰਜ ਰਜਿਸਟਰ ਕਰਕੇ ਅਗਲੀ ਕੁੱਤੀ ਛਾਉਣ 'ਚ ਲਿਆਂਦੀ ਗਈ ਹੈ। ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੀ। ਕਿਹਦੇ ਉੱਤੇ 302 ਦਾ ਮਾਮਲਾ ਦਰਜ ਹੋਇਆ ਹੁਣ ਤੱਕ? ਆਰੋਪੀ ਕਿੱਥੇ? ਇਹ ਲਖਵਿੰਦਰ ਸਿੰਘ, ਸਨ ਆਫ ਗੁਰਮੁਖ ਸਿੰਘ, ਵਾਸੀ ਸਲੇਮਪੁਰ, ਠੀਕ ਹੈ ਜੀ। ਇਹਨੂੰ ਅਰੈਸਟ ਕਰ ਲਿਆ ਜੀ ਅਸੀਂ, ਅਤੇ ਕੋਰਟ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਰਹੇ ਹਾਂ ਜੀ।